ਢਿੱਲੋਂ ਦੀ ਪਾਰਕੂ ਅੱਖ ਨੇ ਵਰਕਰਾਂ ਨੂੰ ਦਿੱਤਾ ਵੱਡਾ ਸਨਮਾਨ ਚਾਵਲਾ ਅਕਾਲੀ ਜਥੇਸ਼ਹਿਰੀ ਦੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਪਾਰਕੂ ਅੱਖ ਨੇ ਪਾਰਟੀ ਦੇ ਜੁਝਾਰੂ ਅਤੇ ਮਿਹਨਤੀ ਵਰਕਰਾਂ ਨੂੰ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦੇ ਕੇ ਇੱਕ ਨਵਾਂ ਜੋਸ਼ ਪੈਦਾ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੇਰਪੁਰ ਮਾਰਕੀਟ ਵਿਖੇ ਪਾਰਟੀ ਵਰਕਰਾਂ ਦੇ ਸਨਮਾਨ ਵਿੱਚ ਰੱਖੇ ਗਏ ਸਮਾਰੋਹ ਦੌਰਾਨ ਅਕਾਲੀ ਜਥੇਸ਼ਹਿਰੀ ਦੇ ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਪ੍ਰਭਜੋਤ ਸਿੰਘ ਕਾਲੜਾ ਨੇ ਕੀਤਾ। ਸਰਦਾਰ ਕਾਲੜਾ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੇ ਗਏ ਮਾਣ ਸਨਮਾਨ ਨੂੰ ਅੱਗੇ ਰੱਖਦੇ ਹੋਏ ਆਉਣ ਵਾਲੇ ਸਮੇਂ ਵਿੱਚ ਵੀ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕਰਦੇ ਰਹਿਣਗੇ। ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਨੇ ਨਵ ਨਿਯੁਕਤ ਮੈਂਬਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਪਾਰਟੀ ਹੈ ਜਿਸ ਨੇ ਹਮੇਸ਼ਾ ਹੀ ਆਪਣੇ ਨਿਧੜਕ ਅਤੇ ਜੁਝਾਰੂ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਦੇ ਕੇ ਮੋਹਰੀ ਕਤਾਰ ਵਿੱਚ ਰੱਖਿਆ ਹੈ। ਇਸ ਮੌਕੇ ਪਾਰਟੀ ਵਰਕਰਾਂ ਨੂੰ ਵਿਸ਼ੇਸ਼ ਤੌਰ 'ਤੇ ਲਾਮਬੰਦ ਕਰਦੇ ਹੋਏ ਸਰਦਾਰ ਢਿੱਲੋਂ ਨੇ ਕਿਹਾ ਕਿ ਉਹ ਵੱਡੀ ਗਿਣਤੀ ਵਿੱਚ 7 ਤਰੀਕ ਦਿਨ ਐਤਵਾਰ ਨੂੰ ਪਟਿਆਲਾ ਵਿਖੇ ਪੁੱਜਣ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਾਂਗਰਸ ਸਰਕਾਰ ਵਿਰੁੱਧ ਰੱਖੀ ਗਈ ਜਬਰ ਵਿਰੋਧੀ ਰੈਲੀ ਕਰਕੇ ਕੈਪਟਨ ਦੀ ਅਗਵਾਈ ਵਾਲੀ ਅੰਨੀ ਬੋਲੀ 'ਤੇ ਸੁੱਤੀ ਪਈ ਕਾਂਗਰਸ ਸਰਕਾਰ ਨੂੰ ਜਗਾਇਆ ਜਾ ਸਕੇ। ਇਸ ਵਿਸ਼ਵ ਦੇ ਵਿੱਚ ਸਭ ਤੋਂ ਕੁਰਬਾਨੀਆਂ ਵਾਲੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਕੱਲ੍ਹ ਲੁਧਿਆਣੇ ਦੀ ਲਿਸਟ ਜਾਰੀ ਕੀਤੀ ਸੀ ਜਿਹਦੇ ਵਿੱਚ ਸਾਰੇ ਵੀਰਾਂ ਨੂੰ ਜਿਹਨਾਂ ਨੇ ਬਹੁਤ ਵੱਡੀ ਸੇਵਾ ਜਿਨ੍ਹਾਂ ਦੀ ਕੁਰਬਾਨੀ ਆ ਜਿਹੜੇ ਜੁਝਾਰੂ ਵਰਕਰ ਨੇ ਉਹਨਾਂ ਨੂੰ ਅਹੁਦੇਦਾਰੀਆਂ ਦੇ ਕੇ ਲੁਧਿਆਣੇ ਦੀ ਜਥੇਬੰਦੀ ਵਿੱਚ ਐਡਜਸਟ ਕੀਤਾ। ਅੱਜ ਸ਼ੇਰਪੁਰ ਵਿਖੇ ਜਿਨ੍ਹਾਂ ਬੰਦਿਆਂ ਵੀਰਾਂ ਨੂੰ ਨਵੀਆਂ ਅਹੁਦੇਦਾਰੀਆਂ ਮਿਲੀਆਂ ਉਹਨਾਂ ਨੂੰ ਮਾਣ ਅਤੇ ਸਨਮਾਨ ਮਾਰਕੀਟ ਕਮੇਟੀ ਵੱਲੋਂ ਮਾਰਕੀਟ ਵੱਲੋਂ ਦਿੱਤਾ ਜਾ ਰਿਹਾ। ਸੋ ਮੈਂ ਵੀ ਇਹਨਾਂ ਨੂੰ ਵਧਾਈ ਦੇਣ ਵਾਸਤੇ ਆਇਆ ਔਰ ਨਾਲ ਦੀ ਨਾਲ ਸਮੁੱਚੇ ਲੁਧਿਆਣੇ ਨੂੰ ਅਤੇ ਪੰਜਾਬ ਨੂੰ ਮੈਂ ਅਪੀਲ ਵੀ ਕਰਦਾ ਕਿ ਜਿਹੜੀ 7 ਤਰੀਕ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਪਟਿਆਲੇ ਵਿਖੇ ਜਬਰ ਵਿਰੋਧੀ ਰੈਲੀ ਕਾਂਗਰਸ ਨੂੰ ਚੂੰਡੀ ਵੱਢਣ ਵਾਸਤੇ ਰੱਖੀ ਆ ਤਾਂ ਉਹਨੂੰ ਜਗਾਉਣ ਵਾਸਤੇ ਵੀ ਤਾਂ ਜੋ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਸਕੇ। ਉਸ ਰੈਲੀ ਦੇ ਵਿੱਚ ਸਾਰੇ ਪੰਜਾਬੀ ਹੁੰਮ ਹੁਮਾ ਕੇ ਪਹੁੰਚਣ ਕਿਉਂਕਿ ਇੱਕ ਪਾਸੇ ਸਰਕਾਰ ਆ ਉਹ ਵੀ ਰੈਲੀ ਕਰ ਰਹੀ ਆ। ਕਿੰਨੀ ਹਸੋਹੀਣੀ ਗੱਲ ਆ, ਅੱਜ ਮੈਂ ਕਹਿੰਦਾ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰੀ ਹੋਣੀ ਆ ਵੀ ਸਰਕਾਰ ਨੂੰ ਮਜਬੂਰ ਹੋ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅੱਗੇ ਝੁੱਕ ਕੇ ਰੈਲੀਆਂ ਕਰਨੀਆਂ ਪੈ ਰਹੀਆਂ ਨੇ। ਜਿਹੜਾ ਰਾਜਾ 1.5 ਸਾਲ ਤੋਂ ਦਫ਼ਤਰ ਤੱਕ ਨਹੀਂ ਗਿਆ ਸੀ, ਘਰ ਬੈਠ ਕੇ ਸਰਕਾਰ ਚਲਾਉਂਦਾ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨੂੰ ਮਜਬੂਰ ਕਰਤਾ ਵੀ ਆ ਕੇ ਇੱਥੇ ਇਲਾਕੇ ਦੇ ਵਿੱਚ ਲੋਕਾਂ ਨੂੰ ਦੱਸ। ਹਾਲਾਂਕਿ ਸਰਕਾਰ ਕੋਲ ਬਹੁਤ ਕੁਛ ਆ ਲੋਕਾਂ ਨੂੰ ਦੱਸਣ ਵਾਸਤੇ, ਮੀਡੀਆ ਹੁੰਦਾ, ਸਰਕਾਰੀ ਤੰਤਰ ਹੁੰਦਾ, ਚੰਡੀਗੜ੍ਹ ਬਹਿ ਕੇ ਦੱਸੇ ਵੀ ਮੈਂ 1.5 ਸਾਲ 'ਚ ਆਹ ਕੰਮ ਕੀਤੇ ਆ, ਕੀ ਦੱਸੂਗਾ ਲੰਬੀ ਵਿੱਚ ਜਾ ਕੇ? ਝੂਠ ਬੋਲੂਗਾ ਨਾ, ਜਿਹੜਾ 1.5 ਸਾਲ ਤੋਂ ਝੂਠ ਬੋਲਦੇ ਆ ਰਹੇ ਨੇ ਹੋਰ ਝੂਠ ਬੋਲੂਗਾ। ਸੋ ਅਸੀਂ ਜਾ ਕੇ ਉਹਨਾਂ ਦੇ ਪੋਲ ਖੋਲ੍ਹਣੇ ਆ ਵੀ ਇਹਨਾਂ ਨੇ ਆਹ ਕੰਮ ਕਿਹਾ ਸੀ ਅਤੇ ਆਹ ਕਰਨਾ ਸੀ ਅਤੇ ਕੀਤਾ ਨਹੀਂ। ਸਾਡੀ ਰੈਲੀ ਦਾ ਤਾਂ ਮਕਸਦ ਆ ਕਿ ਅਸੀਂ ਉਹਨੂੰ ਜਗਾਉਣਾ, ਉਹ ਕੀ ਕਹੂਗਾ? ਇੱਕ ਜਸਟਿਸ ਰਣਜੀਤ ਸਿੰਘ ਕਮਿਸ਼ਨ ਝੂਠਾ ਜਿਹੜਾ ਬਣਾਇਆ ਸੀ, ਜਿਹੜਾ ਇਹਨਾਂ ਨੇ ਹਾਊਸ ਦੇ ਵਿੱਚ 8 ਘੰਟੇ ਝੂਠ ਬੋਲਿਆ, ਉਹਨੂੰ ਦੁਬਾਰਾ ਰਿਪੀਟ ਕਰੂਗਾ ਨਾ? ਜਾਂ ਤਾਂ ਹੋਵੇ ਵੀ ਉੱਥੇ ਜਾ ਕੇ ਇਹਨੇ ਕੋਈ ਨੀਂਹ ਪੱਥਰ ਰੱਖਣਾ, ਇੱਥੇ ਉਹਨੇ ਕੋਈ ਰਿਫਾਇਨਰੀ ਚਾਲੂ ਕਰਨੀ ਆ, ਉੱਥੇ ਕੋਈ ਹੋਸਪਿਟਲ ਦਾ ਨੀਂਹ ਪੱਥਰ ਰੱਖਣ ਜਾ ਰਿਹਾ, ਸਿਰਫ ਝੂਠ ਬੋਲਣ ਵਾਸਤੇ ਲੰਬੀ ਜਾ ਰਿਹਾ ਰਾਜਾ। ਸੋ ਦੂਜੇ ਪਾਸੇ ਅਸੀਂ ਉਹਨਾਂ ਦਾ ਪੋਲ ਖੋਲ੍ਹਣ ਵਾਸਤੇ ਪਟਿਆਲੇ ਇਕੱਠੇ ਹੋ ਰਹੇ ਹਾਂ। ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਪਟਿਆਲੇ ਤਾਂ ਜੋ ਇਸ ਰਾਜੇ ਨੂੰ ਇਹਦੀ ਜਿਹੜੇ ਕੀਤੇ ਹੋਏ ਵਾਅਦੇ ਯਾਦ ਕਰਾ ਸਕੀਏ ਅਤੇ ਲੋਕ ਹਿੱਤਾਂ ਦੇ ਖਾਤਰ ਇਹਨੂੰ ਕਰਨ ਵਾਸਤੇ, ਇਹ ਕੰਮ ਕਰਨ ਵਾਸਤੇ ਮਜਬੂਰ ਕਰ ਸਕੀਏ। ਅੱਜ ਵਾਰਡ ਨੰਬਰ 22 ਦੇ ਵਿੱਚ ਸ਼ੇਰਪੁਰ ਸਬ ਕੀਪਰ ਨੇ ਜਿਹੜੀ ਇਹ ਜਿਹੜੇ ਸਾਡੇ ਪਾਰਟੀ ਦੇ ਸਰ ਰਣਜੀਤ ਸਿੰਘ ਨੇ ਜਿਹੜੇ ਅਹੁਦੇ ਦਿੱਤੇ ਸੀ ਉਹਨਾਂ ਹੀ ਸਾਰੇ ਬੰਦਿਆਂ ਨੇ ਸਨਮਾਨਿਤ ਕੀਤਾ। ਮੈਂ ਧੰਨਵਾਦ ਕਰਦਾ ਇਸ ਇਲਾਕੇ ਦਾ ਕਿਉਂਕਿ ਇਹਨਾਂ ਨੇ ਇੱਕ ਹੌਸਲਾ ਵਧਾਇਆ ਜਿਹੜੇ ਵੀ ਪਾਰਟੀ ਦੇ ਅਹੁਦੇਦਾਰ ਬਣੇ ਆ, ਔਰ ਖਾਸ ਕਰਕੇ ਸਰ ਰਣਜੀਤ ਸਿੰਘ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲੁਧਿਆਣੇ ਦੀ ਲਿਸਟ ਬੜੀ ਸੂਝਬੂਝ ਨਾਲ ਇਹ ਜਿਹੜੀ ਆ ਜਾਰੀ ਕੀਤੀ ਆ। ਔਰ ਜਿਹੜੀ 7 ਤਰੀਕ ਦੀ ਰੈਲੀ ਆ ਉਹ ਇੱਕ ਕਾਂਗਰਸ ਦੇ ਕੰਨ ਖੋਲ੍ਹਣ ਵਾਸਤੇ ਜਾ ਰਿਹਾ ਕਿਉਂਕਿ ਇਹਨਾਂ ਨੇ ਵਾੜਾਂ ਦੇ ਵਿੱਚ ਸਮਰਸੀ ਵਾਲਾਂ ਨੂੰ ਵੀ ਜਿਹੜੇ ਆ ਪੈਸੇ ਲਾ ਤੇ 3-3 ਸਾਲ ਦੇ। ਪਬਲਿਕ ਹੈ ਫਿਰ ਦੁਖੀ ਹੋਈ ਆ, ਨਾ ਕੋਈ ਵਾਰਡ ਦੇ ਵਿੱਚ ਕੰਮ ਹੋ ਰਿਹਾ, ਨਾ ਕੋਈ ਸੀਵਰ, ਫਿਰ ਰੇਹੜੀ ਫੜੀ ਨੂੰ 3-3 ਹਜ਼ਾਰ ਰੁਪਇਆ ਇਹਨਾਂ ਨੇ ਲਾ ਤਾ। ਕੋਈ ਪਬਲਿਕ 'ਤੇ ਬਹੁਤ ਵੱਡੇ ਬੋਝ ਪਾ ਰਹੇ ਆ,
ਉਹਦੇ ਕਰਕੇ ਅਸੀਂ 7 ਤਰੀਕ ਨੂੰ ਜਿਹੜੀ ਉੱਥੇ ਰੈਲੀ ਕਰ ਰਹੇ ਹਾਂ। ਸਰਕਾਰ ਦੇ ਕੰਨ ਖੋਲਣ ਲੱਗੇ ਹਾਂ ਵੀ ਤੁਸੀਂ ਗਰੀਬ ਪਬਲਿਕ ਨੂੰ, ਜਨਤਾ ਨੂੰ ਕਿਉਂ ਇਸ ਤਰ੍ਹਾਂ ਲੁੱਟ ਰਹੇ ਹਾਂ। ਪਹਿਲਾਂ ਵੀ ਸਰਕਾਰ ਸਾਡੀ ਸੀ, ਅਸੀਂ ਕੰਮ ਕਰਦੇ ਰਹੇ। ਮੈਂ 10 ਸਾਲ ਕੌਂਸਲਰ ਰਿਹਾ, ਇਲਾਕਾ ਸਾਰਾ ਮੇਰੇ ਕੋਲ ਹੀ, ਸਾਰੇ ਅਸੀਂ ਕੰਮ ਕਰਾਇਆ। ਪਰ ਫਿਰ ਅਸੀਂ ਕਾਂਗਰਸ ਨੂੰ ਕਹਿੰਦੇ ਵੀ ਇਹ ਜਿਹੜੇ ਗਰੀਬ ਜਨਤਾ ਨੂੰ ਤੁਸੀਂ ਇੰਨੇ ਬੋਝ ਪਾ ਰਹੇ ਹਾਂ, ਉਹ ਘੱਟ ਕਰੋ। ਅਤੇ ਅੱਜ ਮੈਂ ਧੰਨਵਾਦ ਕਰਦਾ ਜਿਹੜੇ ਇਲਾਕੇ ਨੇ, ਇਹਨਾਂ ਨੇ ਸਨਮਾਨਿਤ ਕੀਤਾ, ਜਿਹਨਾਂ ਨੂੰ ਅਹੁਦੇ ਮਿਲੇ ਆ। ਉਹਦੇ ਵਿੱਚ ਸਾਡੇ ਮੇਰੇ ਕੋਲ ਸ਼ੇਰਪੁਰ ਸਰਕਲ ਵੀ ਹੈ, ਥਾਣਾ ਮੋਤੀ ਨਗਰ ਵੀ ਆ, ਔਰ ਮੈਂ ਜਨਰਲ ਸਕੱਤਰ ਵੀ ਸ਼੍ਰੋਮਣੀ ਅਕਾਲੀ ਦਲ ਦਾ ਵਾਂ, ਪਿੱਛੇ ਵੀ ਇਸੇ ਜਨਰਲ ਸਕੱਤਰ 'ਤੇ ਅਸੀਂ ਸੇਵਾ ਕਰਦੇ ਹਾਂ। ਫਿਰ ਮੈਂ ਪਾਰਟੀ ਨੂੰ ਵਧਾਈ ਦਿੰਦਾ ਜਿਹਨਾਂ ਤੁਸੀਂ ਵਰਕਰਾਂ ਨੂੰ ਮਾਣ ਬਖਸ਼ਿਆ, ਔਰ ਜਿਹੜੇ ਇਲਾਕੇ ਨੂੰ ਵਧਾਈ ਦਿੰਦਾ ਜਿਹਨਾਂ ਨੇ ਇਹਨਾਂ ਨਾਲ ਸਨਮਾਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।